ਜੀ ਨਾਈ ਤੁਹਾਡਾ? ਹਾਂਜੀ ਮੇਰਾ ਨਾਮ ਸੁਰਬੀਰ ਸਿੰਘ ਜੀ। ਸੁਰਬੀਰ ਸਿੰਘ ਜੀ ਤੁਸੀਂ ਕਦੋਂ ਅਫਗਾਨਿਸਤਾਨ ਤੋਂ ਆਏ? ਹਾਂਜੀ ਮੈਂ ਅਫਗਾਨਿਸਤਾਨ ਤੋਂ ਜੀ ਜਦੋਂ ਮੇਰੀ 4-5 ਸਾਲ ਦੀ ਉਮਰ ਸੀ ਅਸੀਂ ਉਦੋਂ ਆਏ ਸੀ ਆਪਣੇ ਫਾਦਰ ਨਾਲ ਆਪਣੀ ਮਦਰ ਨਾਲ ਆਪਣੇ ਭੈਣ ਭਰਾਵਾਂ ਨਾਲ 1992 ਦੇ ਵਿੱਚ ਅਸੀਂ ਜਲਾਲਾਬਾਦ ਅਫਗਾਨਿਸਤਾਨ ਤੋਂ ਪੰਜਾਬ ਕਿਉਂ ਆਏ ਸੀ? ਅਸੀਂ ਉਦੋਂ ਇਸ ਕਰਕੇ ਆਏ ਸਾਂ ਵੀ ਉਦੋਂ ਮਾਹੌਲ ਬਹੁਤ ਖਰਾਬ ਹੋ ਗਿਆ ਸੀ ਅਤੇ ਅਸੀਂ ਆਪਣੀਆਂ ਜਾਨਾਂ ਬਚਾ ਕਰਕੇ ਅਸੀਂ ਆਪਣਾ ਕਾਰੋਬਾਰ ਆਪਣੀਆਂ ਦੁਕਾਨ ਆਪਣੀਆਂ ਸਾਰਾ ਕੁਛ ਜਾਇਦਾਦ ਸਾਰਾ ਕੁਛ ਛੱਡ ਕੇ ਆਪਣੀਆਂ ਜਾਨਾਂ ਬਚਾ ਕੇ ਅਸੀਂ 10-10 ਦਿਨ ਰੋਟੀ ਨਹੀਂ ਖਾਧੀ 15-15 ਦਿਨ ਅਸੀਂ ਆਪਣੀਆਂ ਜਾਨਾਂ ਬਚਾ ਕੇ ਆਪਣੇ ਇੱਧਰ ਆਏ ਸਾਂ। ਹੁਣ ਫਿਰ ਉੱਥੇ ਇਸ ਤਰ੍ਹਾਂ ਮਾਹੌਲ ਬਣੇ? ਬਿਲਕੁਲ ਜੀ, ਹੁਣ ਸਾਨੂੰ ਪਤਾ ਲੱਗਿਆ ਅੱਜ 4-5 ਦਿਨਾਂ ਤੋਂ ਵੀ ਉਹੀ ਮਾਹੌਲ ਫਿਰ ਚੱਲਦਾ ਆ ਰਿਹਾ, ਸਾਨੂੰ ਸੁਪਨੇ ਵਿੱਚ ਉਹੀ ਮਾਹੌਲ ਫਿਰ ਆ ਗਿਆ ਯਾਦ, ਜਿਵੇਂ ਸਾਡੇ ਸਾਹਮਣੇ ਉਹੀ ਆ ਗਿਆ ਵੀ ਜਿਵੇਂ ਅਸੀਂ ਉਹੀ ਮਾਹੌਲ 'ਚ ਅਸੀਂ ਫਿਰ ਲੰਘ ਰਹੇ ਹਾਂ, ਸਾਡੇ ਸਾਹਮਣੇ ਉਹੀ ਚੀਜ਼ ਫਿਰ ਦੁਬਾਰਾ ਆ ਗਈ ਸਾਹਮਣੇ ਅਤੇ ਮੈਨੂੰ ਤਾਂ ਬਹੁਤ ਪਰੇਸ਼ਾਨੀ ਹੋਈ ਜਦੋਂ ਮੈਂ ਪਤਾ ਲੱਗਿਆ ਵੀ ਅਫਗਾਨਿਸਤਾਨ 'ਚ ਫਿਰ ਇਸ ਤਰ੍ਹਾਂ ਮਾਹੌਲ ਖਰਾਬ ਹੋ ਗਿਆ। ਜਿਸ ਤਰ੍ਹਾਂ ਅਸੀਂ ਖਰਾਬ ਹੋਇਆ ਸਾਂ, ਹੁਣ ਸਾਡੇ ਭੈਣ ਭਰਾ ਸਿੱਖ ਹਿੰਦੂ ਭਰਾ ਸਾਡੇ ਫਿਰ ਉੱਥੇ ਖਰਾਬ ਹੋ ਰਹੇ ਨੇ, ਹੁਣ ਭਾਰਤ ਸਰਕਾਰ ਅੱਗੇ ਸਾਡੀ ਇਹ ਦਰਖਾਸਤ ਹੈਗੀ ਹੈ ਵੀ ਉਹਨਾਂ ਨੂੰ ਸਹੀ ਸਲਾਮਤ ਇੱਥੇ ਲਿਆਇਆ ਜਾਵੇ ਅਤੇ ਇੱਥੇ ਉਹਨਾਂ ਨੂੰ ਆਪਣੀ ਨਾਗਰਿਕਤਾ ਵੀ ਦਿੱਤੀ ਜਾਵੇ ਤਾਂ ਜੋ ਆਪਣੇ ਦੇਸ਼ ਆ ਕੇ ਖੁਸ਼ ਹੋ ਸਕਣ ਅਤੇ ਆਪਣੀ ਜ਼ਿੰਦਗੀ ਸਹੀ ਬਿਤਾ ਸਕਣ ਜਿੱਦਾਂ ਅਸੀਂ ਬਿਤਾ ਰਹੇ ਹਾਂ। ਅਤੇ ਕੀ ਤੁਹਾਡੇ ਹੁਣ ਹੋਰ ਕੋਈ ਰਿਸ਼ਤੇਦਾਰ ਉੱਥੇ ਹੈਗੇ ਨੇ? ਸਾਡੇ ਰਿਸ਼ਤੇਦਾਰ ਨਹੀਂ ਹੈਗੇ, ਲੇਕਿਨ ਜਿਸ ਤਰ੍ਹਾਂ ਸਾਡੇ ਭੈਣ ਭਰਾ ਹੈਗੇ ਨੇ, ਜਿਸ ਤਰ੍ਹਾਂ ਸਾਡੇ ਪਰਸ ਜਿਹੜੇ 47 ਤੋਂ ਬਾਅਦ ਸਾਡੇ ਭੈਣ ਭਰਾ ਉੱਥੇ ਰਹਿ ਗਏ ਸੀ ਜਿੱਦਾਂ ਅਸੀਂ ਰਹਿ ਗਏ ਸਾਂ, ਪਰ ਅਸੀਂ ਤਾਂ ਨਿਕਲ ਆਏ ਸਾਂ ਮਾਹੌਲ ਖਰਾਬ ਕਰਕੇ, ਕੁਝ ਰਹਿ ਗਏ ਸੀ ਵਿਚਾਰੇ ਪਿਛੋਕੜਾਂ 'ਚ, ਉਹ ਅੱਜ ਉੱਥੇ ਫਸੇ ਨੇ। ਉਹਨਾਂ ਨੂੰ ਭਾਰਤ ਸਰਕਾਰ ਦਰਖਾਸਤ ਹੈਗੀ ਵੀ ਉੱਥੇ ਲਿਆਵੇ ਕੈਪਟਨ ਸਰਕਾਰ, ਭਾਰਤ ਸਰਕਾਰ, ਮੋਦੀ ਸਰਕਾਰ ਸਾਰੇ ਇੱਥੇ ਲਿਆਇਆ ਜਾਵੇ ਤਾਂ ਜੋ ਉਹਨਾਂ ਨੂੰ ਆਪਣੀ ਦੇਸ਼ ਦੀ ਪਨਾਹ ਮਿਲ ਸਕੇ। ਅਤੇ ਮੈਂ ਇਸ ਤੋਂ ਖੁਸ਼ੀ ਦੀ ਵੱਡੀ ਗੱਲ ਕੋਈ ਨਹੀਂ ਹੋ ਸਕਦੀ, ਪਰ ਨਹੀਂ ਅਸੀਂ ਭਾਰਤ ਸਰਕਾਰ ਨੂੰ ਇਹ ਵੀ ਕਹਿਣਾ ਚਾਹੁੰਦੇ ਹਾਂ ਵੀ ਜਿਸ ਤਰ੍ਹਾਂ ਅਸੀਂ ਸਾਨੂੰ ਤੁਸੀਂ ਪਨਾਹ ਦਿੱਤਾ ਬਹੁਤ ਖੁਸ਼ ਹਾਂ, ਉਹਨਾਂ ਨੂੰ ਵੀ ਪਨਾਹ ਦਿਓ, ਲੇਕਿਨ ਨਾਲ ਦੇ ਨਾਲ ਸਾਨੂੰ ਵੀ ਨਾਗਰਿਕਤਾ ਦਿੱਤੀ ਜਾਵੇ ਕਿਉਂਕਿ ਸਾਨੂੰ ਬੜਾ ਸਮਾਂ ਹੋ ਗਿਆ, ਸਾਨੂੰ ਹਰ ਸਾਲ ਵੀਜ਼ਾ ਲੈਣਾ ਪੈਂਦਾ ਹੈ, ਅਤੇ ਨਾਲ ਉਹਨਾਂ ਨੂੰ ਵੀ ਲਿਆਇਆ ਜਾਵੇ ਤਾਂ ਉਹਨਾਂ ਨੂੰ ਵੀ ਨਾਗਰਿਕਤਾ ਦਿੱਤੀ ਜਾਵੇ ਤਾਂ ਜੋ ਕਿੱਥੇ ਜਾਣ ਆਪਣੇ ਭਾਰਤੀ ਹੋਣਗੇ, ਨਾ ਅਸੀਂ ਜਾਣਾ ਵਾ ਕਿਤੇ ਅਤੇ ਉਹਨਾਂ ਨੂੰ ਵੀ ਲਿਆਇਆ ਜਾਵੇ ਕਿਉਂਕਿ ਉਹ ਵੀ ਕਿੱਥੇ ਨਹੀਂ ਜਾਣਗੇ, ਆਪਣੇ ਹੱਕ ਲੈਣ ਆਪਣੇ ਇੰਡੀਅਨ ਆਪਣੇ ਭਾਰਤ ਆਉਣਗੇ, ਅਸੀਂ ਭਾਰਤ ਨਹੀਂ ਛੱਡਣਾ। ਚਾਹੇ ਤਾਲਿਬਾਨ ਨੂੰ ਹੁਣ ਉੱਥੇ ਕਬਜ਼ਾ ਕੀਤਾ ਗਿਆ, ਲੇਕਿਨ ਉਹਨਾਂ ਇਹ ਕਿਹਾ ਜਾ ਰਿਹਾ ਕਿ ਹੁਣ ਔਰਤਾਂ ਉੱਥੇ ਪੜ੍ਹ ਵੀ ਸਕਣਗੀਆਂ, ਕੰਮਕਾਜ ਵੀ ਕਰ ਸਕਣਗੀਆਂ, ਉਹਨੇ ਸੋਚ ਵਿੱਚ ਤਬਦੀਲੀ ਤਾਂ ਲੱਗਦਾ ਕਿ ਆ ਸਕਦੀ ਹੈ? ਬਿਲਕੁਲ ਜੀ, ਇਸ ਚੀਜ਼ ਨੂੰ ਅਸੀਂ ਸਮਝਦੇ ਹਾਂ, ਲੇਕਿਨ ਜੇ ਜਿਸ ਦੇਸ਼ ਦਾ ਇੱਕ ਰਾਸ਼ਟਰਪਤੀ ਦੇਸ਼ ਛੱਡ ਕੇ ਚਲ ਜਾਵੇ ਉੱਥੇ ਕੌਣ ਸੁਖੀ ਰਹਿ ਸਕਦਾ, ਕਿ ਜਿਹੜਾ ਦੇਸ਼ ਦਾ ਉਸਦਾ ਸੀਟ ਹੀ ਛੱਡ ਕੇ ਚਲੀ ਜਾਵੇ ਉਹਦੇ ਤੋਂ ਜਨਤਾ ਕਿੱਦਾਂ ਖੁਸ਼ ਕੋਈ ਖੁਸ਼ ਰਹਿ ਸਕਦਾ? ਜਿਹਦੇ ਸਿਰ 'ਤੇ ਕੋਈ ਸਿਰ ਦਾ ਸਾਈ ਦਾ ਹੱਥ ਹੋਵੇ ਤਾਂ ਉਹੀ ਹੈ, ਹੁਣ ਉਹਦੇ ਦੇਸ਼ ਦਾ ਇੱਕ ਰਾਸ਼ਟਰਪਤੀ ਹੱਥ 'ਚ ਉਠਾ ਕੇ ਚਲਾ ਗਿਆ ਤਾਂ ਉਹ ਦੇਸ਼ ਦੀ ਰੱਖਿਆ ਕੌਣ ਕਰੇਗਾ? ਹੁਣ ਤੁਹਾਨੂੰ ਇੱਥੇ ਭਾਰਤ ਵਿੱਚ ਕੀ ਮੁਸ਼ਕਿਲ ਆ ਰਹੀ ਹੈ? ਭਾਰਤ ਸਾਨੂੰ ਕੋਈ ਮੁਸ਼ਕਿਲ ਨਹੀਂ ਹੈਗੀ, ਭਾਰਤ ਵਿੱਚ ਅਸੀਂ ਬਹੁਤ ਵਧੀਆ ਸਰਕਾਰਾਂ ਤੋਂ ਖੁਸ਼ ਹੈਗੇ ਹਾਂ ਸਭ ਕੁਛ, ਲੇਕਿਨ ਸਾਨੂੰ ਇਹ ਮੁਸ਼ਕਿਲ ਆ ਰਹੀ ਹੈ ਭਾਰਤ ਸਰਕਾਰ ਦੇ ਵਿੱਚ ਕਿ ਸਾਨੂੰ ਇੱਥੋਂ ਦੀ ਨਾਗਰਿਕਤਾ ਨਹੀਂ ਦਿੱਤੀ ਜਾ ਰਹੀ ਹੈ, ਜਿਹਦੇ ਕਰਕੇ ਸਾਨੂੰ ਹਰ ਸਾਲ ਵੀਜ਼ਾ ਲੈਣਾ ਪੈਂਦਾ ਹੈ। ਹੁਣ ਭਾਰਤ ਸਰਕਾਰ ਨੂੰ ਅਸੀਂ ਇਹ ਦਰਖਾਸਤ ਕਰਦੇ ਹਾਂ ਸਭ ਤੋਂ ਪਹਿਲੇ ਤੁਹਾਨੂੰ ਵੀ ਲਿਆਇਆ ਜਾਵੇ ਅਤੇ ਸਾਡਾ ਵੀਜ਼ਾ ਹੋਰ ਬੰਦ ਕੀਤਾ ਜਾਵੇ ਕਿਉਂਕਿ ਅਸੀਂ 25 ਸਾਲ ਹੋ ਗਏ ਤੁਹਾਡੇ ਨਜ਼ਰਾਂ 'ਚ ਹੀ, ਕਿੱਥੇ ਜਾਣਾ ਨਹੀਂ, ਅਸੀਂ ਤੁਹਾਡੇ ਕੋਲ ਹੀ ਰਹਿਣਾ। ਪਰ ਹੁਣ ਕਿਹਾ ਜਾ ਰਿਹਾ ਕਿ ਤੁਸੀਂ ਸਰ ਵੀਜ਼ਾ ਲੈ ਲਿਆ ਤਾਂ ਤੁਸੀਂ ਪਾਸਪੋਰਟ ਰਿਨਿਊ ਕਰਾਉਣਾ ਪੈਣਾ? ਬਿਲਕੁਲ ਜੀ, ਪਾਸਪੋਰਟ ਰਿਨਿਊ ਕਰਾਉਣਾ ਪੈਂਦਾ ਵਾ ਅਤੇ ਪਾਸਪੋਰਟ ਤਾਂ ਰਿਨਿਊ ਚਲੋ ਦਿੱਲੀ 'ਚ ਹੋ ਜਾਂਦਾ, ਲੇਕਿਨ ਉਹਦੇ ਲਈ ਇੱਕ ਤਸਕੀਰਾ ਹੁੰਦਾ ਅਤੇ ਤਸਕੀਰੇ ਲਈ ਅਫਗਾਨਿਸਤਾਨ ਜਾਣਾ ਪੈਂਦਾ ਹੈ। ਜਿਹੜੀ ਦੇਸ਼ ਦੀ ਸਰਕਾਰ ਆਪਣਾ ਹਾਥੀ ਚੱਕ ਕੇ ਲੈ ਗਈ ਉੱਥੇ ਹੁਣ ਕੀ ਬਣਾਉਣ ਜਾਵਾਂਗੇ ਅਸੀਂ? ਅਸੀਂ ਤਾਂ 25 ਸਾਲ ਹੋ ਗਏ ਅੱਜ ਤੱਕ ਅਫਗਾਨਿਸਤਾਨ ਦਾ ਮੂੰਹ ਨਹੀਂ ਦੇਖਿਆ, ਹੁਣ ਤੁਸੀਂ ਚਾਹੁੰਦੇ ਹੋ ਵੀ ਉੱਥੇ ਮੂੰਹ ਦੇਖ ਕੇ ਕੀ ਪਤਾ ਜਿੰਦੇ ਆਵਾਂਗੇ ਕਿ ਨਹੀਂ ਆਵਾਂਗੇ? ਅਸੀਂ ਤਾਂ ਚਾਹੁੰਦੇ ਅਸੀਂ ਜਾਣਾ ਹੀ ਨਹੀਂ ਕਿਤੇ, ਅਸੀਂ ਇੱਥੇ ਹੀ ਰਹਿਣਾ ਵਾ, ਇੱਥੇ ਸਾਨੂੰ ਬਣਾਇਆ। ਹੁਣ ਭਾਰਤ ਸਰਕਾਰ ਨੂੰ ਕੀ ਅਪੀਲ ਕਰੋਗੇ? ਅਸੀਂ ਭਾਰਤ ਸਰਕਾਰ ਨੂੰ ਇਹ ਅਪੀਲ ਕਰਦੇ ਹਾਂ ਵੀ ਭਾਰਤ ਸਰਕਾਰ ਅਸੀਂ ਇੱਥੇ ਹੀ, ਇੱਥੇ ਸਾਡੇ ਬੱਚੇ ਵੀ ਜੰਮਣਗੇ, ਇੱਥੇ ਅਸੀਂ ਵਿਆਹਾਂ ਵੀ ਕਰਾਵਾਂਗੇ, ਇੱਥੇ ਅਸੀਂ ਮਰ ਜਾਣਾ ਵਾ, ਲੇਕਿਨ ਇੱਥੇ ਨੂੰ ਛੱਡਣਾ ਨਹੀਂ ਹੈ, ਤਾਂ ਸਾਨੂੰ ਤੁਸੀਂ ਅਪਣਾ ਲਓ, ਸਾਨੂੰ ਨਾਗਰਿਕਤਾ ਦਿਓ, ਸਾਨੂੰ ਸਾਡੀ ਪਛਾਣ ਦਿਓ। ਹੁਣ ਜੇਕਰ ਕੁਛ ਲੋਕ ਉੱਥੋਂ ਅਫਗਾਨਿਸਤਾਨ ਦੇ ਉੱਥੇ ਆਉਂਦੇ ਨੇ ਜਿਹੜੇ, ਹਾਂਜੀ ਤੁਸੀਂ ਆਏ ਸੀ, ਕੀ ਉਹਨਾਂ ਦੀ ਸਹਾਇਤਾ ਕਰੋਗੇ? ਬਿਲਕੁਲ ਜੀ, ਅਸੀਂ ਜਿੱਦਾਂ ਅਸੀਂ ਆਏ ਸਾਂ, ਅਸੀਂ ਪਰੇਸ਼ਾਨ ਸਾਂ, ਸਾਨੂੰ ਕੁਛ ਸਮਝ ਨਹੀਂ ਆ ਰਹੀ ਸੀ, ਉਹਨਾਂ ਨੇ ਸਾਨੂੰ ਜੱਫੀ ਪਾਈ, ਉਹਨਾਂ ਨੂੰ ਸਾਨੂੰ ਰੋਟੀ ਦਿੱਤੀ, ਸਭ ਕੁਝ ਦਿੱਤਾ, ਅਸੀਂ ਅੱਜ ਉਹਨਾਂ ਨੂੰ ਜੀਆਂ ਨੂੰ ਕਹਿੰਦੇ ਹਾਂ, ਉਹਨਾਂ ਨੂੰ ਅਸੀਂ ਉਹਨਾਂ ਦੀ ਮਦਦ ਕਰਾਂਗੇ, ਉਹਨਾਂ ਨੂੰ ਰੋਟੀ ਪਾਣੀ ਦੇਵਾਂਗੇ, ਉਹਨਾਂ ਨੂੰ ਕੱਪੜੇ ਦੇਵਾਂਗੇ, ਤਾਂ ਕਿ ਉਹਨਾਂ ਨੂੰ ਪਤਾ ਲੱਗੇ ਵੀ ਵਾਕਈ ਅਸੀਂ ਆਪਣੇ ਮੁਲਕ ਗਏ, ਅਸੀਂ ਭਰਾਵਾਂ 'ਚ ਗਏ, ਕਿਤੇ ਬੱਗਿਆਂ ਨੇ ਮੁਲਕ ਨਹੀਂ ਗਏ, ਅਸੀਂ ਆਪਣੇ ਮੁਲਕ ਗਏ ਹਾਂ। ਕੀ ਨਾਮ ਤੁਹਾਡਾ? ਮੇਰਾ ਨਾਮ ਸ਼ਿਵ ਕੁਮਾਰ ਹੈ। ਸ਼ਿਵ ਕੁਮਾਰ ਜੀ, ਤੁਸੀਂ ਕਿੱਥੋਂ ਆਏ ਹੋ? ਜੀ ਮੈਂ ਬੇਸਿਕਲੀ ਪਿਸ਼ਾਵਰ ਪਾਕਿਸਤਾਨ ਤੋਂ ਆਇਆ। ਤੁਸੀਂ ਕਿਉਂ ਆਏ ਸੀ ਤੁਸੀਂ ਉੱਥੋਂ? ਉਦੋਂ ਅਸੀਂ ਆਏ ਸੀ 2004 ਦੇ ਵਿੱਚ, ਉਦੋਂ ਮਾਹੌਲ ਠੀਕ ਨਹੀਂ ਸੀਗਾ ਉੱਥੇ, ਲਾਈਕ ਕਿਡਨੈਪਿੰਗ ਅਤੇ ਸਟੱਡੀ ਵਗੈਰਾ ਦੀ ਬਹੁਤ ਦਿੱਕਤ ਆਉਂਦੀ ਸੀ, ਕਿਡਨੈਪਿੰਗਾਂ ਬਹੁਤ ਹੁੰਦੀਆਂ ਸੀ ਹਿੰਦੂ ਅਤੇ ਸਿੱਖਾਂ ਦੀਆਂ, ਅਤੇ ਤਾਂ ਕਰਕੇ ਅਸੀਂ ਸਾਡੇ ਪਰਿਵਾਰ ਨੇ ਪਾਕਿਸਤਾਨ ਛੱਡ ਕੇ ਇੰਡੀਆ ਆਇਆ ਸੀ। ਹੁਣ ਜਿਸ ਤਰ੍ਹਾਂ ਤਾਲਿਬਾਨ ਵੱਲੋਂ ਅਫਗਾਨਿਸਤਾਨ 'ਤੇ ਕਬਜ਼ਾ ਕੀਤਾ ਗਿਆ, ਤੁਹਾਨੂੰ ਲੱਗਦਾ ਉੱਥੇ ਕੀ ਹਿੰਦੂ ਸਿੱਖ ਸੁਰੱਖਿਅਤ ਨਹੀਂ ਹੈ?
ਹੁਣ ਨਵੇਂ ਰੂਲ ਹਰ ਸਾਲ ਨਵੇਂ ਰੂਲ ਕੋਈ ਨਾ ਕੋਈ ਆ ਜਾਂਦੇ ਅੱਜ ਨਵਾਂ ਰੂਲ ਆਇਆ ਜੀ ਤੁਸੀਂ ਪਾਸਪੋਰਟ ਰੀਨਿਊ ਕਰਾਓ ਜਿਹੜੇ ਕਿ ਪਾਸਪੋਰਟ ਸਾਡੇ 2009 ਦੇ ਐਕਸਪਾਇਰ ਨਹੀਂ ਅਸੀਂ ਰੀਨਿਊ ਕਹਿੰਦੇ ਰੀਨਿਊ ਕਰਾਓ ਅਤੇ ਰੀਨਿਊ ਕਰਾਉਣ ਲਈ ਸਾਨੂੰ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਣਾ ਪਾਕਿਸਤਾਨ ਜਾਣਾ ਪਏਗਾ ਜੀ ਹਾਂਜੀ ਕੁਛ ਡਾਕੂਮੈਂਟਸ ਨੇ ਉਹ ਸਾਡੇ ਕੋਲ ਦਿੱਲੀ ਐਮਬੈਸੀ ਦੇ ਵਿੱਚ ਮੰਗ ਰਹੇ ਜਿਹੜੀ ਪਾਕਿਸਤਾਨ ਐਮਬੈਸੀ ਹੈਗੀ ਉਹ ਮੰਗ ਰਹੇ ਉਹ ਡਾਕੂਮੈਂਟ ਬਣਾਉਣ ਲਈ ਸਾਨੂੰ ਪਾਕਿਸਤਾਨ ਜਾਣਾ ਪੈਣਾ ਜਿਹੜਾ ਕਿ ਅਸੀਂ ਜਾ ਨਹੀਂ ਸਕਦੇ ਹਾਂ ਅਤੇ ਹੁਣ ਜਿਹੜਾ ਕਾਨੂੰਨ ਬਣਿਆ ਸੀ ਸੀਏ ਤੁਹਾਨੂੰ ਉਮੀਦ ਜਾਗ ਗਈ ਸੀ ਉਸ ਤੋਂ ਬਾਅਦ ਜੀ ਸਾਨੂੰ ਬਹੁਤ ਉਮੀਦ ਸੀ ਸੀਏ ਤੋਂ ਪਰ ਚਲੋ ਕੋਈ ਜਿਹੜੇ ਪੋਲੀਟੀਸ਼ੀਅਨ ਹੈਗੇ ਨੇ ਜਿਹੜੇ ਕੋਈ ਪੋਲੀਟੀਕਲ ਪਾਰਟੀ ਹੈਗੀਆਂ ਨੇ ਉਹਨਾਂ ਦੇ ਕਰਕੇ ਹੀ ਇਹ ਜਿਹੜਾ ਕਿ ਲਾਗੂ ਨਹੀਂ ਹੋਇਆ ਅਪਲਾਈ ਨਹੀਂ ਹੋਇਆ ਸਾਨੂੰ ਅਸੀਂ ਬਹੁਤ ਨਿਰਾਸ਼ ਹੈਗੇ ਹਾਂ ਇਸ ਗੱਲੋਂ ਉਹਨਾਂ ਨੂੰ ਨਹੀਂ ਰਾਜਨੀਤੀ ਕਰਨੀ ਚਾਹੀਦੀ ਕਿਉਂਕਿ ਦੇਖੋ ਜਿਹੜਾ ਇਹ ਜਿਹੜਾ ਸੀਏ ਦਾ ਜਿਹੜੇ ਫਾਇਦਾ ਹੈਗਾ ਉਹ ਸਾਡੇ ਹਿੰਦੂ ਸਿੱਖ ਜੈਨ ਬੁੱਧ ਜਿਹੜੇ ਕਮਿਊਨਿਟੀ 'ਚ ਲੋਕ ਆਉਂਦੇ ਉਹਨਾਂ ਨੂੰ ਮਿਲਣਾ ਸੀ ਉਹਨਾਂ ਨੂੰ ਸਾਡੇ ਨਾਲ ਇਹ ਧੱਕਾ ਨਹੀਂ ਸੀ ਕਰਨਾ ਚਾਹੀਦਾ।